ਫਤਿਹ ਕਰਨ ਤੋਂ ਪਹਿਲਾਂ ਜੇ ਕਿਸੇ ਦਾ ਕੋਈ ਕੁਐਸਚਨ ਹੋਵੇ ਤਾਂ ਪੁੱਛ ਸਕਦਾ। DX YZ ਦੇਖਿਓ, DX YZ ਨਿਊਯਾਰਕ ਵੈਲਕਮ ਇੰਡਸਟਰੀ ਐਕਸੈਸ ਟੂ ਟੈਕ ਇਨੋਵੇਸ਼ਨ। ਸੋ ਨਿਊ IPO 12 ਦਿਨ ਪਹਿਲਾਂ ਆਇਆ ਹੋਇਆ ਤੇ ਅੱਜ ਬਹੁਤ ਉੱਪਰ ਆ। ਸੋ ਦੇਖਦੇ ਹਾਂ, ਸ਼ਾਰਟ ਸ਼ੂਟ ਇਹਦੇ ਅਵੇਲੇਬਲ ਹੋਣ, ਸ਼ਾਰਟ ਵੀ ਅਵੇਲੇਬਲ ਆ ਜੀ। ਸੋ DX YZ ਹਾਈਪ ਦੇ ਵਿੱਚ ਆ, ਨਵਾਂ IPO ਆ, 12 ਦਿਨ ਪਹਿਲਾਂ ਨਿਊਯਾਰਕ ਸਟਾਕ ਐਕਸਚੇਂਜ ਤੇ ਆਇਆ ਹੋਇਆ ਇਸ ਹਿਸਾਬ ਦੇ ਨਾਲ ਜੋ ਮੈਂ ਦੇਖ ਰਿਹਾ, ਤੇ ਉਦਮ ਦਾ ਸਿਰਾ ਲੱਗਾ ਪਿਆ ਜੀ ਇਹਦੇ ਵਿੱਚ। ਇਹ ਤਾਂ ਪਤੰਦਰ ਨੇ ਅੱਤ ਪਾਈ ਪਈ ਆ, $20-25 ਤੋਂ ਸ਼ੁਰੂ ਹੋ ਕੇ ਤੇ $100 ਦੇ ਨੇੜੇ ਤੇੜੇ 80 ਤੇ ਪਹੁੰਚਿਆ ਹੋਇਆ। ਸੋ ਦੇਖਦੇ ਹਾਂ 9500 ਦੇ ਨੇੜੇ ਤੇੜੇ ਜਾ ਕੇ ਜੇ ਡਰੋਪ ਹੁੰਦੀ ਆ, ਕਿਉਂਕਿ ਫਰਾਈਡੇ ਕੀ ਕੀਤਾ ਸੀ, ਬੜੀ ਪੰਪ ਮਾਰਿਆ ਤੇ 75 ਤੇ ਜਾ ਕੇ, ਜਿਹੜਾ ਕਿ ਇੱਕ ਸਾਈਕੋਲੋਜੀਕਲ ਰੈਜ਼ਿਸਟੈਂਸ ਹੁੰਦਾ, 75 ਤੋਂ ਸਿੱਧਾ ਹੀ 50 ਤੇ ਆਇਆ ਸੀ। ਸੋ 100 ਵੀ ਇੱਕ ਸਾਈਕੋਲੋਜੀਕਲ ਰੈਜ਼ਿਸਟੈਂਸ ਹੈਗਾ, $99 $100 ਉਹਦੇ ਨੇੜੇ ਤੇੜੇ ਜਾ ਕੇ ਜੇ ਡਰੋਪ ਹੁੰਦਾ ਆ ਤਾਂ ਸ਼ਾਰਟ ਇਹਦੇ ਜ਼ਰੂਰ ਅਵੇਲੇਬਲ ਆ। ਸੋ ਸ਼ਾਰਟ ਅਵੇਲੇਬਲ ਆ ਤੇ ਸ਼ਾਰਟ ਕਰ ਸਕਦੇ ਹਾਂ। ਜਿਹਦਾ ਆਪਾਂ ਦੇਖ ਲੈਂਦੇ ਹਾਂ ਦੂਜਾ ਜੀ, ਰੱਬ ਤੁਹਾਡਾ ਭਲਾ ਕਰੇ, ਸਪਰੈਡ ਕਿੰਨਾ ਗਾ, ਸਪਰੈਡ 80 ਚ, ਹਾਂ ਡਾਲਰ ਕਦਾ ਸਪਰੈਡ ਜ਼ਰੂਰ ਹੈਗਾ, ਚਲੋ ਕਵਰ ਹੋ ਜਾਊਗਾ ਮੈਨੂੰ ਲੱਗਦਾ। ਸੋ DX YZ ਸਟਾਕ ਜੀ, ਕਿਉਂਕਿ $75-76 ਸਾਈਕੋਲੋਜੀਕਲ ਰੈਜ਼ਿਸਟੈਂਸ ਤੋਂ ਡਿੱਗਿਆ ਤੇ ਹੁਣ ਫਿਰ ਉੱਥੋਂ $100 $99 ਤੋਂ ਜੀ ਡਰੋਪ ਹੁੰਦਾ ਦੇਖ ਸਕਦੇ ਹਾਂ।